सत श्री अकाल दोस्तों, प्यारे दोस्तों, अज मैं बैठा जी पिंड झनेर जिला संगरूर। तो अज मैं आया बई जग्गी गरेयाल जी को, बई हुणा दे स्टड फार्म ते आया जी। तो अज की इस वीडियो आप बई हुणा दे रखे मारवाड़ी घोड़ियाँ विखावे। तो बई हुणा को एक बहुत ही सोहनी नीली चंबी घोड़ी आ फेमस नूरी, वह भी विखावे जरूर वेखियो। बई जी सत श्रीकाल। बई जी तुहानू भी सत श्रीकाल। तो बई जी पहला ना साडे दोस्तों ये दसो कि घोड़िया के शौक च तुहानू आए कितना टाइम हो गया? सानू बई 20-21 साल हो गए इस काम दे विच फील्ड च आए नू जी। हाँ जी, 1999 तो असी इस काम दे विच जी, इस लाइन च घोड़िया दी। ठीक है जी। हाँ जी, ते बई जी स्टार्टिंग च अपने कोल किहड़ा जानवर हुंदा हैगा? पहला नीली चंबी घोड़ी लई सी जी, एक आपां बछेरी। ठीक है, ओह पाली सी जी। उस तो बाद हौली हौली वधदे गए जानवर, हौली हौली फिर वाधा हो गया। हाँ जी। ठीक है जी। ते हुण इस टाइम बई अपने फार्म ते किन्ने जानवर ने? अपने 12-13 जानवर है फार्म ते। ठीक है। तो वीर जी कलियां घोड़िया ही ने कि घोड़े भी है? हाँ जी, कोल्ट ने, कोई स्टैलियन नहीं है। ठीक है, बाकी बछेरे बछेरियाँ। हाँ जी, घोड़िया घोड़ियाँ। ठीक है, स्टैलियन कोई नहीं। तो केड़ियाँ केड़ियाँ नस्ल दियाँ घोड़ियाँ वीर जी अपने कोल? अपने कोल मारवाड़ी चंबियाँ, तो एक नुकरी बछेरी है जी। ठीक है, एक नुकरी बछेरी। ठीक है। तो तुसी स्टार्टिंग हुण सब तो पहला जी पिछे आप घोड़ी देखना बड़ी जी बाडी वाली घोड़ी तुसी मैनूं दिखाई आ, पहला तो उस बारे जानकारी दिओ। बड़ी जी खुली बाडी वाली घोड़ी किहड़े किहड़े घोड़े दी? हाँ जी, हाँ जी, ये बई जी गोल्डन स्टार घोड़े दी धी आ। हाँ जी, रत्नाकर लैन दी। रत्नाकर लैन? हाँ जी, हाँ जी। ठीक है जी। उस घोड़े की बच्ची है गोल्डन स्टार दी। हाँ जी, 63+ हाइट है दी। हाँ जी। ते हुण पर गब्बण भी है जी, 4 महीने दी जी। गब्बण भी करा दी बई? गब्बण भी है 4 महीने दी, अलवंद घोड़े तो जी, अलवंद नुकरे तो, नुकरे तो। हाँ जी, ਮਲੂਕਾ ਬਿੰਦਰ ਮਲੂਕੇ ਵਾਲੇ ਕੋਲੇ? ਹਾਂ ਜੀ, ਉਹਦੇ ਕੋਲੇ ਆ। ਠੀਕ ਹੈ, ਮਿੰਟੂ ਵਾਲੇ ਅਰਜਨ ਘੋੜੇ ਦਾ ਬੱਚਾ ਜੀ। ਮਿੰਟੂ ਵਾਲੇ ਅਰਜਨ ਘੋੜੇ ਦਾ ਬੱਚਾ। ਠੀਕ ਹੈ ਜੀ। ਤੇ ਬਾਈ ਕ੍ਰੋਸ ਕਰਾਈ ਨੂੰ ਕਿੰਨਾ ਚਿਰ ਹੋ ਗਿਆ? ਇਹਨੂੰ 4 ਮਹੀਨੇ ਪਲੱਸ ਹੋ ਗਏ। ਠੀਕ ਹੈ ਜੀ। ਤੇ ਇਹ ਹੁਣ ਚੰਬੇ ਪਨ ਚ ਬਾਈ ਹਨਾ? ਹਾਂ ਜੀ, ਇਹਨੂੰ ਚੰਬੀ ਕਹਿ ਸਕਦੇ ਆਪਾਂ, ਨੀਲੀ ਚੰਬੀ ਕਹਿ ਸਕਦੇ ਆ? ਹਾਂ ਜੀ, ਨੀਲੀ। ਠੀਕ ਹੈ। ਇਹਦੀ ਮਾਂ ਚੰਬੀ ਸੀ? ਠੀਕ ਹੈ। ਤੇ ਬਾਈ ਉਮਰ ਕਿੰਨੀ ਹੈ ਇਹਦੀ ਘੋੜੀ ਦੀ? ਇਹਦੀ 4.5 ਸਾਲ ਦੇ ਕਰੀਬ ਹੈ। 4.5 ਸਾਲ ਕਰੀਬ। ਠੀਕ ਹੈ। ਤੇ ਆ ਜਿਹੜੀਆਂ ਘੋੜੀਆਂ ਬਾਈ ਆਪਾਂ ਹੋਰ ਵੇਖੀਆਂ ਸੀਗੀਆਂ, ਜਿਹੜੀਆਂ ਘੋੜੀਆਂ ਸੂਈਆਂ ਹੋਈਆਂ ਆ ਦੋ, ਜਿਹੜੀ ਆਪਣੀ ਮਾਰਵਾੜੀ ਘੋੜੀ ਆ। ਹਾਂਜੀ। ਠੀਕ ਹੈ। ਇਹਨੂੰ ਕਿੰਨਾ ਚਿਰ ਹੋ ਗਿਆ ਬਾਈ ਸੂਈ ਨੂੰ? ਇਹਨੂੰ 15 ਕੁ ਦਿਨ ਦੇ ਕਰੀਬ ਹੋ ਗਿਆ ਜੀ। ਠੀਕ ਹੈ। ਤੇ ਇਹਦੇ ਥੱਲੇ ਬੱਚਾ ਕਿਹੜੇ ਘੋੜੇ ਦਾ ਬਾਈ? ਬੱਚਾ ਜੀ ਖਲੀਫੇ ਦਾ। ਖਲੀਫੇ ਘੋੜੇ ਦਾ? ਹਾਂਜੀ, ਬਲੰਦ ਦਾ ਬੱਚਾ। ਬਲੰਦ? ਹਾਂਜੀ, ਹਾਂਜੀ, ਭੈਣੀ ਵਾਲੇ ਦਾ। ਠੀਕ ਹੈ। ਤੇ ਬਾਈ ਜਿਹੜੀ ਆ ਮਾਰਵਾੜੀ ਇਹਦੇ ਥੱਲੇ ਜਿਹੜਾ ਖਲੀਫੇ ਦਾ, ਖਲੀਫਾ ਕਿਹੜਾ ਘੋੜਾ ਆ ਬਾਈ ਦੱਸਿਓ? ਉਹ ਬਲੰਦ ਦਾ ਬੱਚਾ ਜੀ, ਭੈਣੀ ਰੋੜਾ ਘੋੜਾ ਵਾਲਾ, ਜਗਪ੍ਰੀਤ ਦੇ। ਹਾਂਜੀ। ਠੀਕ ਹੈ। ਤੇ ਬਾਈ ਆਪਣੇ ਕੋਲ ਕੋਈ ਸਟੈਲੀਅਨ ਨਹੀਂ ਹੈਗਾ? ਨਹੀਂ ਜੀ, ਸਟੈਲੀਅਨ ਕੋਈ ਨਹੀਂ। ਠੀਕ ਹੈ। ਤੇ ਸਟੈਲੀਅਨ ਤਿਆਰ ਕਰਨ ਦਾ ਕੋਈ ਵਿਚਾਰ ਹੋਵੇ ਤੁਹਾਡਾ? ਹਾਂਜੀ, ਆਉਣ ਵਾਲੇ ਸਮੇਂ 'ਚ ਹੈਗਾ ਆਪਣਾ ਵਿਚਾਰ ਵੀ, ਨੌਕਰਾ ਬੱਚਾ ਕੋਈ ਪੈਦਾ ਕਰਾਂਗੇ। ਠੀਕ, ਵਧੀਆ ਚੰਗਾ ਤਿਆਰ ਕਰਾਂਗੇ। ਠੀਕ ਹੈ ਜੀ। ਤੇ ਹੁਣ ਆਪਣੇ ਇਸ ਟਾਈਮ ਫਾਰਮ 'ਤੇ ਬਾਈ ਵੇਚਣ ਵਾਲੇ ਜਾਨਵਰ ਵੀ ਖੜੇ ਨੇ? ਵੇਚਣ ਵਾਲੇ? ਹਾਂਜੀ, 2 ਕੋਲਟ ਖੜੇ ਨੇ, ਬਛੇਰੇ 2 ਵੇਚਣ। ਠੀਕ ਹੈ ਜੀ, ਬਛੇਰੇ। ਉਹ ਆਪਾਂ ਵੀਡੀਓ ਸਕਰੀਨ 'ਤੇ ਚਲਾ ਕੇ ਵਿਖਾ ਦਾਂਗੇ, ਜੇ ਕਿਸੇ ਵੀਰ ਨੇ ਲੈਣੇ ਹੋਏ ਤੁਹਾਡੇ ਨਾਲ ਸੰਪਰਕ ਕਰ। ਜ਼ਰੂਰ ਜ਼ਰੂਰ, ਕੋਈ। ਠੀਕ ਹੈ। ਤੇ ਬਾਈ ਸ਼ੋਅ ਵਗੈਰਾ 'ਚ ਜਾਂਦੇ ਹੋ ਤੁਸੀਂ ਘੋੜੇ ਲੈ ਕੇ ਆਪਣੇ? ਹਾਂਜੀ, ਚਾਹੀਦਾ। ਘੋੜੀਆਂ ਲੈ ਕੇ? ਹਾਂਜੀ, ਹਾਂਜੀ, ਮੰਡੀਆਂ 'ਤੇ। ਮੰਡੀਆਂ ਦੇ ਵੀ ਚਾਹੀਦਾ? ਠੀਕ ਹੈ। ਅਤੇ ਬਾਈ ਜਿਹੜੀ ਆ ਘੋੜੀ ਨੂਰੀ ਆਪਣੇ ਕੋਲ, ਇਹ ਤੁਸੀਂ ਕਿੰਨਾ ਕੋਲੋਂ ਲੈ ਕੇ ਆਏ ਸੀਗੇ? ਇਹ ਬਾਈ ਆਪਣੇ ਨੇੜੇ ਹੀ ਪਿੰਡਾ ਮਾਨਕੁਆਰ। ਹਾਂਜੀ, ਉੱਥੇ ਆ ਮੁੰਡਾ, ਉੱਥੋਂ ਲਈ ਸੀ ਗੁਰੀ ਚਹਿਲ। ਠੀਕ ਹੈ ਜੀ। ਉਦੋਂ ਬਛੇਰੀ ਸੀ ਇਹ? ਨਹੀਂ ਨਹੀਂ, ਜਨਵਰੀ ਦੇ ਵਿੱਚ ਹੀ ਲਈ ਆ। ਜਨਵਰੀ ਵਿੱਚ ਹੀ? ਥੋੜ੍ਹੇ ਚਿਰ ਹੀ ਹੋਇਆ ਜੀ। ਹਾਂਜੀ, ਠੀਕ ਹੈ ਬਾਈ ਜੀ। ਅਤੇ ਹੁਣ ਇਸ ਫੀਲਡ 'ਚ ਆ ਕੇ ਵੀ ਤੁਹਾਨੂੰ ਜਿਹੜੇ ਨਵੇਂ ਆਪਣੇ ਘੋੜਿਆਂ ਦੇ ਸ਼ੌਂਕ 'ਚ ਨਵੇਂ ਆ ਰਹੇ ਆ, ਤੁਹਾਨੂੰ ਤਾਂ ਨੌਲੇਜ ਹੋ ਗਈ ਹੋਣੀ ਬਾਈ ਜੀ, ਹੈ ਨਾ? ਹਾਂਜੀ, ਰੋਜ਼ ਕੁਛ। ਹਾਂਜੀ। ਅਤੇ ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਆਪਾਂ ਨੂੰ ਸਟਾਰਟਿੰਗ 'ਚ ਕਿਵੇਂ ਵੀ ਘੋੜੀਆਂ ਰੱਖਣੀਆਂ ਚਾਹੀਦੀਆਂ, ਜਾਂ ਸਟਾਰਟਿੰਗ 'ਚ ਬੰਦਾ ਕਿਵੇਂ ਸ਼ੁਰੂ ਕਰੇ ਇਸ ਕੰਮ ਨੂੰ, ਸਟਾਰਟਿੰਗ 'ਚ ਕਿਹੜੇ ਜਾਨਵਰ ਤੋਂ ਸ਼ੁਰੂ ਕਰੇ? ਚਲੋ, ਹਲੇ ਭਰਾ ਇੰਨੇ ਯੋਗੇ ਤਾਂ ਹੈ ਨਹੀਂ ਗਏ। ਹਾਂਜੀ, ਅਸੀਂ ਵੀ ਹਲੇ ਸਿੱਖਦੇ ਹਾਂ। ਠੀਕ ਹੈ ਜੀ। ਅਸੀਂ ਕਿਸੇ ਨੂੰ ਸਲਾਹ, ਛੋਟੀ ਬੇਨਤੀ ਕਰ ਸਕਦੇ ਹਾਂ ਵੀ ਜਾਨਵਰ ਵਧੀਆ ਰੱਖੋ, ਚੰਗੇ ਬਲੱਡ ਲੈਣਾ ਰੱਖੋ, ਸੇਵਾ ਕਰੋ ਵਧੀਆ ਬਸ। ਠੀਕ ਹੈ ਜੀ। ਅਤੇ ਡਾਇਟ ਵਗੈਰਾ 'ਚ ਕੀ ਦਿੰਦੇ ਹੋ ਬਾਈ ਇਹਨਾਂ ਨੂੰ ਸਾਰਿਆਂ ਨੂੰ? ਡਾਇਟ ਵਗੈਰਾ ਜੀ, ਇਹਨਾਂ ਨੂੰ ਜਮੀ, ਜੌਂ, ਚੋਕਰ, ਛੋਲਿਆਂ ਦੀ ਚੂਨੀ ਵੀ ਪਾ ਦਈਦੀ ਹੈ ਜੀ, ਬਸ ਇਹੀ ਕੁਛ ਦਿੰਦੇ ਹਾਂ। ਠੀਕ ਹੈ। ਅਤੇ ਚਲੋ, ਤੁਹਾਨੂੰ ਘੋੜਿਆਂ ਦੇ ਸ਼ੌਂਕ 'ਚ ਆਏ ਇੰਨਾ ਟਾਈਮ ਹੋ ਗਿਆ, ਕੋਈ ਤੁਹਾਡੇ ਘੋੜਿਆਂ ਨਾਲ ਜੁੜੀ ਕੋਈ ਕਹਾਣੀ ਹੋਵੇ, ਜਿਵੇਂ ਤੁਸੀਂ ਸਟਾਰਟਿੰਗ 'ਚ ਕੰਮ ਸ਼ੁਰੂ ਕੀਤਾ ਵੀ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ ਨਾ, ਅਤੇ ਘਰਦਿਆਂ ਦਾ ਕੀ ਰਿਐਕਸ਼ਨ ਸੀਗਾ ਬਾਈ? ਹਾਂਜੀ, ਘਰਦਿਆਂ ਨੇ ਸਾਥ ਦਿੱਤਾ ਵੀਰੇ ਪੂਰਾ। ਠੀਕ ਹੈ ਬਾਈ ਜੀ। ਅਤੇ ਇਹਦੇ ਵਿੱਚ ਕੀ ਆ, ਜਾਣੀ ਕਿ ਜਦੋਂ ਕਿਸੇ ਨਵੇਂ ਬੰਦੇ ਨੇ ਘੋੜੀ ਰੱਖਣੀ ਹੈ, ਹਾਂਜੀ, ਪਹਿਲੀ ਤਾਂ ਗੱਲ ਅੱਜ ਕੱਲ੍ਹ ਜੋ ਠੱਗੀਆਂ ਠੋਰੀਆਂ ਚੱਲਦੀਆਂ ਉਹਨਾਂ ਤੋਂ ਬਚਣ, ਹੈ ਨਾ? ਹਾਂਜੀ, ਆਪਣੇ ਵੀ ਦਿਮਾਗ ਲੱਗਿਆ, ਚਲੋ ਕਿਸੇ ਆਪਦੇ ਆੜੀ ਮਿੱਤਰ ਦੀ ਸਲਾਹ ਲੈ ਲਓ। ਹਾਂਜੀ, ਹਾਂਜੀ, ਜਲਦੀਬਾਜ਼ੀ ਨਾ ਕਰੋ ਇਹਦੇ ਵਿੱਚ ਜੀ, ਇੱਕ ਵਧੀਆ ਚੰਗੀ ਲਾਈਨ ਦੀ ਘੋੜੀ ਲੈ ਕੇ ਉਹਦੇ ਸੇਵਾ ਕਰ ਲਓ, ਹੌਲੀ ਹੌਲੀ ਕੰਮ ਵਧਾ ਲਓ, ਹੈ ਨਾ ਜੀ। ਅਤੇ
वादे घट्ट तो बाकी भाई देखो अपने भी सत्त अठ जानवर पहला स्टार्टिंग दे विच डेड होए ने। हाँ जी हाँ जी आपां नूं इन्नी नॉलेज नहीं सी हुंदी कुछ, चलो रब भी हैगा है ना, जिहड़ी चीज़ आई उहने जाणा ही है। हौसला ना छड्डो जी, हौसला आपां छड्डिया नहीं, घर दे ने साथ दित्ता पूरा जी। अज बाबे दी मेहर आ, जिवें गए उवें ही आ गए। ठीक है जी, नाले है ना सारा घर भरिया पिया, कृपा मालक दी, धन्नवाद आ वाहिगुरू दा। हाँ जी जे आपां हौसला छड्ड देंगे फिर तां गल बनदी नहीं जी, फिर नहीं बनदी। हाँ जी सही गल है जी, हाँ इहदा चलदे इहनां ने खाधा आपदी मेहनत नहीं रखदे, ये बेचारे आपका हक दे के जाते, जब आप सेवा करांगे तो मेवा भी मिलेगा है ना जी, तो हम सेवा ही नहीं हैगी जो फिर तो मेवा तो आप कोई आस नहीं रख सकते जी। अपनी ये पारस दी है, ठीक है दिखाई अपने। हाँ जी वो अपना मित्र महाराष्ट्र चा वाहिद खान, हाँ जी उसकी कुड़ी इतने मीटिंग वास्ते आई है। ठीक है जी, जोधा ने रैंबो तो आप प्रेजेंट करा के उत्थे वापस भेजनी है जी। तो वीर जी एक आप घोड़ी विखाई थी तेलिया कमैद कलर की, हाँ जी हाँ हाँ जी मत्थे पटे वाली, तो उस घोड़ी बारे डिटेल दो। वह बरखाना लाइन की घोड़ी है जी, हाँ जी अपने को बची है, बच्च बच्चों के नाल जी कमैत आप उस कनगो घोड़े नाल बाबा भोलू को महेर ने। ठीक है जी, मत्थे फुल की बची एक पैर चट्टा पिछे वाला जी लैफ्ट साइड का, तो हूँ लाल रतन तो अपना यह मेट कराई हुई है। ठीक है जी, लाल रतन हाँ जी हाँ चेक हो जूगी बस जी, दो चार दिन चेक करवा देंगे जी, कन्फर्म हो जूगी फिर जी। बहुत चंकी लाइन की घोड़ी, अच्छे बच्चे दिते ने पहला भी जी। दोस्तों बहुत ही चंगा लगा मैनू बाई हुणा नूं मिल के, बहुत ही चंगे सुभा दे मालक ने बाई हुणी, तो परमात्मा बाई हुणा ते एवें ही अपनी कृपा बनाई रखे। तो आने वाले टाइम जो बाई हुणा ने स्टैलियन घोड़ा तैयार कर लिया तो आप उदों भी बाई हुणा की इंटरव्यू करांगे, तो हुण आप बाई हुणा नूं धन्नवाद करिए। बाई जी धन्नवाद बहुत बहुत तुहाडा, जिहड़ा तुसीं अपना कीमती समां कढ़िया मेरे लिए। तो दोस्तों तुहाडा भी बहुत बहुत धन्नवाद वीडियो वेखण वास्ते, तो ना वीडियो नूं शेयर जरूर कर दिओ, क्योंकि वीडियो बनाने वाले नूं भी हौसला हो जाता, तो वीडियो जिहदी बनी उहनूं भी हौसला हो जाता।